ਅੱਜ ਦੀ ਜੋ ਘਟਨਾ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਇਹ ਕੋਈ ਮਨ ਘੜਤ ਨਹੀਂ ਹੈ, ਸਗੋਂ ਇੱਕ ਸੱਚੀ ਕਹਾਣੀ ਹੈ ਇੱਕ ਮਾਂ ਦੀ ਅਤੇ ਉਸਦੇ ਪੁੱਤਰ ਦੀ। ਮਾਂ ਨੇ ਕੀ ਕੀਤਾ, ਬਚਪਨ ਦੇ ਵਿੱਚ ਜਦੋਂ ਬੱਚਾ ਛੋਟਾ ਹੁੰਦਾ ਸੀ ਨਾ, ਜਦੋਂ ਉਸਨੂੰ ਰੋਜ਼ ਜਗਾਉਂਦੀ ਸੀ ਤਾਂ ਉਹਦੇ ਮੂੰਹ 'ਤੇ ਹੱਥ ਫੇਰ ਕੇ ਉਸਨੂੰ ਕਹਿੰਦੀ ਸੀ, ਬੇਟਾ ਮੂਲ ਮੰਤਰ ਦਾ ਪਾਠ ਕਰ, ਉਸ ਤੋਂ ਬਾਅਦ ਇਸ਼ਨਾਨ ਕਰਾ ਕੇ ਦਾਤਨ ਕਰਾ ਕੇ ਉਸ ਨੂੰ ਛੋਟੇ ਹੁੰਦੇ ਨੂੰ 6-7 ਸਾਲ ਤੱਕ ਮਾਂ ਨੇ 5 ਪੌੜੀਆਂ ਜਪਜੀ ਸਾਹਿਬ ਦੀਆਂ ਸਿਖਾ ਦਿੱਤੀਆਂ। ਸਮਾਂ ਬੀਤਦਾ ਗਿਆ, ਜਿਉਂ ਜਿਉਂ ਬੱਚਾ ਵੱਡਾ ਹੋਇਆ ਮਾਂ ਨੇ ਉਸਨੂੰ ਜਪਜੀ ਸਾਹਿਬ ਕੰਠ ਕਰਵਾ ਦਿੱਤਾ। 16 ਕੁ ਸਾਲ ਦਾ ਜਦੋਂ ਬੱਚਾ ਹੋਇਆ ਮਾਂ ਹਰ ਰੋਜ਼ ਇੱਕੋ ਹੀ ਗੱਲ ਕਹਿੰਦੀ ਹੈ, ਬੇਟਾ ਉੱਠ ਅਤੇ ਜਪਜੀ ਸਾਹਿਬ ਕਰ। ਕਿੰਨੇ ਸਾਲ ਇਸੇ ਤਰ੍ਹਾਂ ਹੀ ਬੱਚੇ ਨੂੰ ਹੋ ਗਏ। ਫਿਰ ਜਦੋਂ ਬੱਚਾ 20-21 ਸਾਲ ਦਾ ਹੋ ਗਿਆ ਮਾਂ ਪੁੱਛਦੀ ਹੈ, ਬੇਟਾ ਜਪਜੀ ਸਾਹਿਬ ਕੀਤਾ? ਕਿਉਂਕਿ ਆਪਾਂ ਵੀ ਘਰਾਂ ਦੇ ਵਿੱਚ ਦੇਖਦੇ ਹਾਂ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਨਾ, ਫਿਰ ਟਾਲ ਮਟੋਲ ਕਰਦੇ ਹਨ, ਮੈਂ ਕਰ ਲਵਾਂਗਾ, ਮੈਂ ਕਰ ਲਿਆ, ਮੈਨੂੰ ਪਤਾ ਹੈ, ਮੈਨੂੰ ਨਾ ਦੱਸੋ, ਜਦੋਂ ਟਾਈਮ ਹੋਏਗਾ ਮੈਂ ਆਪੇ ਕਰ ਲਵਾਂਗਾ। ਇਹ ਬਹਾਨੇ ਬੱਚਿਆਂ ਦੇ ਹੁੰਦੇ ਨੇ, ਕੋਈ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਨਿਰਾ ਕਲਯੁੱਗ ਦਾ ਪ੍ਰਭਾਵ ਹੀ ਹੈ। ਅਤੇ ਮਾਂ ਨੇ ਇੱਕ ਦਿਨ ਆਪਣੇ ਬੱਚੇ ਨਾਲ ਬਹਿਸ ਹੋ ਗਈ। ਉਸਨੇ ਜ਼ਿੰਦਗੀ ਦੇ ਵਿੱਚ ਉਸਦੇ ਪਿਤਾ ਜੀ ਜੋ ਬਚਪਨ ਵਿੱਚ ਹੀ ਚਲੇ ਗਏ ਸਨ ਬਹੁਤ ਸੰਘਰਸ਼ ਕੀਤਾ ਸੀ। ਉਸਨੇ ਇੱਕ ਹੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਕੀਤਾ ਸੀ ਕਿ ਮੈਂ ਆਪਣੇ ਬੱਚੇ ਨੂੰ ਆਪਣੇ ਜਿਉਂਦੇ ਜੀ ਜਪਜੀ ਸਾਹਿਬ ਦੇ ਲੜਲਾ ਦੇਣਾ ਹੈ, ਜੇ ਮੈਂ ਮਰ ਵੀ ਗਈ ਤਾਂ ਗੁਰੂ ਨਾਨਕ ਜਾਣੇ ਅਤੇ ਮੇਰਾ ਬੱਚਾ ਜਾਣੇ, ਮੈਨੂੰ ਇਹਦੀ ਬਹੁਤੀ ਫਿਕਰ ਨਹੀਂ ਹੋਏਗੀ। ਉਸ ਤੋਂ ਬਾਅਦ ਬੱਚਾ ਯੂਨੀਵਰਸਿਟੀ ਵਿੱਚ ਚਲਾ ਗਿਆ। ਯੂਨੀਵਰਸਿਟੀ ਤੋਂ ਬਾਅਦ ਪਰਮਾਤਮਾ ਦੀ ਕਹਿ ਲਓ ਵੀ ਕੋਈ ਕਿਰਪਾ ਹੋਈ, ਉਸ ਨੂੰ ਬਾਹਰ ਦਾ ਵੀਜ਼ਾ ਮਿਲ ਗਿਆ। ਉਹ ਬਾਹਰਲੇ ਦੇਸ਼ ਚਲਾ ਗਿਆ ਸਟੱਡੀ ਕਰਨ ਦੇ ਲਈ। ਜਦੋਂ ਉੱਥੇ ਜਾ ਕੇ ਉਹ ਆਪਣੀ ਮਾਂ ਨੂੰ ਫੋਨ ਕਰਦਾ ਹੈ ਤਾਂ ਮਾਂ ਇੱਕੋ ਗੱਲ ਪੁੱਛਦੀ ਹੈ, ਬੇਟਾ ਅੱਜ ਜਪਜੀ ਸਾਹਿਬ ਦਾ ਪਾਠ ਕੀਤਾ? ਉਹ ਕਹਿੰਦਾ, ਕੀ ਗੱਲ ਮੰਮਾ, ਮਾਂ ਤੂੰ ਹਰ ਵੇਲੇ ਇੱਕ ਹੀ ਗੱਲ ਪੁੱਛਦੀ ਰਹਿਣੀ, ਜਪਜੀ ਸਾਹਿਬ ਦਾ ਪਾਠ ਕੀਤਾ? ਕਦੋਂ ਕਰਿਆ, ਕਿਵੇਂ ਕਰਿਆ? ਮੈਂ ਕਰ ਲਾਂਗਾ, ਤੂੰ ਟੈਨਸ਼ਨ ਨਾ ਲੈ, ਤੂੰ ਆਪਣਾ ਹਾਲ ਚਾਲ ਦੱਸ। ਮਾਂ ਕਹਿੰਦੀ, ਪੁੱਤਰ ਦੇਖ, ਮੈਨੂੰ ਭਾਵੇਂ ਵਿਸਾਰ ਦੀ, ਮੈਨੂੰ ਭਾਵੇਂ ਭੁੱਲ ਜਾਈ, ਭਾਵੇਂ ਮੇਰੀ ਜ਼ਿੰਦਗੀ ਦੀ ਜਿੰਨੇ ਵਿਸ਼ਵਾਸ ਰਹਿੰਦੇ ਰਹਿਣਾ, ਮੇਰੀ ਸੇਵਾ ਨਾ ਕਰੀ, ਪਰ ਮੇਰੇ ਗੁਰੂ ਨਾਨਕ ਦੀ ਬਾਣੀ ਨੂੰ ਨਾ ਵਿਸਾਰੀ, ਕਿਉਂਕਿ ਪੁੱਤਰ ਇਹਨੇ ਹੀ ਤੈਨੂੰ ਇੱਥੇ ਤੱਕ ਪਹੁੰਚਾਇਆ ਹੈ, ਇਹਨੇ ਹੀ ਤੈਨੂੰ ਅੱਗੇ ਇੰਨੀ ਅੱਗੇ ਲੈ ਕੇ ਜਾਣਾ ਹੈ ਕਿ ਤੂੰ ਸੋਚ ਵੀ ਨਹੀਂ ਸਕਦਾ, ਤੇਰੀ ਹਜੇ ਇੰਨੀ ਮੱਤ ਨਹੀਂ ਹੈਗੀ। ਉਹ ਕਹਿੰਦਾ, ਜੇ ਮਾਂ ਇਹ ਗੱਲ ਕਰਨੀ ਹੈ ਨਾ, ਮੈਂ ਫੋਨ ਕੱਟ ਦਿੰਦਾ ਹਾਂ। ਉਹਨੇ ਗੁੱਸੇ ਦੇ ਵਿੱਚ ਆ ਕੇ ਫੋਨ ਕੱਟ ਦਿੱਤਾ। ਫਿਰ ਚਲੋ ਕਈ ਵਾਰੀ ਮਾਂ ਫੋਨ ਕਰਦੀ ਹੈ, ਕਈ ਵਾਰੀ ਬੱਚਾ ਚੱਕਦਾ ਹੈ, ਕਈ ਵਾਰੀ ਨਹੀਂ ਚੱਕਦਾ, ਕਿਉਂਕਿ ਬਾਹਰ ਜਾ ਕੇ ਟਾਈਮ ਘੱਟ ਹੀ ਮਿਲਦਾ ਹੈ।
ਬੱਚੇ ਗੱਲ ਘੱਟ ਹੀ ਕਰਦੇ ਹਨ। ਸਮੇਂ ਬੀਤਣ ਦੇ ਨਾਲ ਜਦੋਂ ਉੱਥੇ ਹੀ ਸੀ ਨਾ, ਉੱਥੇ ਇੱਕ ਬਾਹਰਲੇ ਦੇਸ਼ ਵਿੱਚ ਸੈਮੀਨਾਰ ਹੋਇਆ। ਸੈਮੀਨਾਰ ਦੇ ਵਿੱਚ ਕੀ ਹੋਇਆ ਕਿ ਸਭ ਧਰਮਾਂ ਦੇ ਜੋ ਵਿਦਵਾਨ ਸਨ ਉਹ ਉੱਥੇ ਆਏ ਹੋਏ ਸਨ। ਹਿੰਦੂ ਧਰਮ ਦੇ ਵਿਦਵਾਨ ਵੀ ਆਏ ਹੋਏ ਸਨ। ਅਤੇ ਜਦੋਂ ਇਸ ਬੱਚੇ ਨੇ ਉੱਥੇ ਜਾ ਕੇ ਸਪੀਚ ਦਿੱਤੀ ਨਾ, ਤਾਂ ਹਿੰਦੂ ਧਰਮ ਜੋ ਸਨਾਤਨ ਧਰਮ ਦੇ ਵਿਦਵਾਨ ਸਨ ਉਹਨਾਂ ਨੇ ਇਸ ਨੂੰ ਆਪਣੇ ਕੋਲ ਬੁਲਾਇਆ ਅਤੇ ਇਸ ਨੂੰ ਬੁਲਾ ਕੇ ਕਹਿੰਦੇ ਹਨ ਕਿ ਕਾਕਾ, ਅਸੀਂ ਤੈਨੂੰ ਇੰਨੇ ਪੈਸੇ ਦੇਵਾਂਗੇ ਪਰ ਤੂੰ ਸਾਡੇ ਹਿੰਦੂ ਧਰਮ ਦਾ ਨਾਲ, ਜੋ ਸਾਡਾ ਧਰਮ ਹੈ ਸਨਾਤਨ ਧਰਮ, ਤੂੰ ਉਸ ਦਾ ਪ੍ਰਚਾਰ ਕਰਨਾ ਹੈ। ਤੂੰ ਸੋਚ ਵੀ ਨਹੀਂ ਸਕਦਾ ਸੀ ਤੈਨੂੰ ਕਿੰਨੇ ਪੈਸੇ ਦੇਵਾਂਗੇ। ਉਹਨੇ ਆਪਣੀ ਸਹਿਮਤੀ ਉਹਨਾਂ ਨਾਲ ਕਰ ਲਈ ਅਤੇ ਉਹੀ ਬੱਚਾ ਜੋ ਵੱਡਾ ਹੋ ਕੇ ਬਾਹਰ ਚਲਾ ਗਿਆ ਸੀ ਨਾ, ਕਿੰਨਾ ਚਿਰ ਕਹਿ ਲਓ ਵੀ 3-4 ਸਾਲ ਉਸਨੇ ਲਗਾਤਾਰ ਹਿੰਦੂ ਧਰਮ ਦਾ ਪ੍ਰਚਾਰ ਕੀਤਾ ਅਤੇ ਕਰਮ ਮਾੜੇ ਉਸਨੇ ਜਪਜੀ ਸਾਹਿਬ ਦੇ ਪਾਠ ਨੂੰ ਵਿਸਾਰ ਦਿੱਤਾ। ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਮਾਂ ਗੁਜ਼ਰ ਗਈ ਹੈ, ਕਿਉਂਕਿ ਉਹ ਬਾਹਰਲੇ ਦੇਸ਼ ਵਿੱਚ ਸੀ, ਉੱਥੇ ਆਪਣੀ ਮਾਂ ਦੇ ਸੰਸਕਾਰ 'ਤੇ ਵੀ ਨਾ ਪਹੁੰਚ ਸਕਿਆ। ਫਿਰ ਉਸ ਤੋਂ ਬਾਅਦ ਜਦੋਂ ਉਹ ਵਾਪਸ ਆਪਣੇ ਪੰਜਾਬ ਆਉਂਦਾ ਹੈ, ਪੰਜਾਬ ਦੇ ਵਿੱਚ ਇੱਕ ਸੰਮੇਲਨ ਸੀ ਜਿੱਥੇ ਵੱਖ ਵੱਖ ਧਰਮਾਂ ਦੇ ਵਿਦਵਾਨਾਂ ਨੇ ਫਿਰ ਇਕੱਠੇ ਹੋ ਕੇ ਆਪਣੇ ਆਪਣੇ ਧਰਮ ਦੀ ਗੱਲ ਕਰਨੀ ਸੀ। ਤਾਂ ਜਿਸ ਹੋਟਲ ਦੇ ਵਿੱਚ ਇਸ ਨੂੰ ਇੱਕ ਕਮਰਾ ਮਿਲਿਆ ਜਿੱਥੇ ਇਹ ਠਹਿਰਿਆ, ਉੱਥੇ ਕੀ ਦੇਖਦਾ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਨਾਲ ਦੇ ਕਮਰੇ ਦੇ ਵਿੱਚ ਇੱਕ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਨ। ਜਦੋਂ ਅੰਮ੍ਰਿਤ ਵੇਲੇ ਇਸ ਨੂੰ ਜਾਗ ਆਈ ਨਾ, ਕੀ ਦੇਖਦਾ ਹੈ ਕਿ ਨਾਲ ਦੇ ਕਮਰੇ ਦੇ ਵਿੱਚ ਸਾਡੇ ਮਹਾਨ ਵਿਦਵਾਨ ਮਾਸਟਰ ਤਾਰਾ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਬੜੇ ਪਿਆਰ ਨਾਲ ਕਰ ਰਹੇ ਹਨ। ਜਦੋਂ ਸੁੱਤੇ ਪਏ ਦੇ ਇਹਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੈ ਨਾ, ਤਾਂ ਇਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮਾਂ ਇਸ ਦੇ ਚਿਹਰੇ 'ਤੇ ਹੱਥ ਫੇਰ ਕੇ ਕਹਿ ਰਹੀ ਹੋਵੇ ਵੀ ਪੁੱਤਰ ਉੱਠ ਜਾ, ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਲਾ। ਜਦੋਂ ਇਹ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਜਪਜੀ ਸਾਹਿਬ ਦਾ ਪਾਠ ਸੁਣਦਾ ਹੈ ਨਾ, ਕਮਰੇ ਦੇ ਵਿੱਚ ਚਲਾ ਜਾਂਦਾ ਹੈ। ਸਮਾਪਤੀ ਤੋਂ ਬਾਅਦ ਮਾਸਟਰ ਤਾਰਾ ਸਿੰਘ ਦੇ ਅੱਗੇ ਜਾ ਕੇ ਰੋਣ ਲੱਗ ਜਾਂਦਾ ਹੈ ਕਿ ਕਿਰਪਾ ਕਰਕੇ ਮੈਨੂੰ ਵੀ ਇਹ ਬਾਣੀ ਦੇ ਦਿਓ, ਮੈਂ ਵੀ ਗੁਰੂ ਦਾ ਸਿੰਘ ਸਜਣਾ ਹੈ। ਮਾਸਟਰ ਤਾਰਾ ਸਿੰਘ ਜੀ ਹੈਰਾਨ ਹੋ ਗਏ। ਉਹ ਕਹਿੰਦੇ ਕਿ ਭਾਈ ਸਾਹਿਬ ਜੀ, ਆਪ ਤਾਂ ਹਿੰਦੂ ਅਤੇ ਸਨਾਤਨ ਧਰਮ ਹੈ ਜੋ ਉਹਦਾ ਪ੍ਰਚਾਰ ਕਰਦੇ ਹੋ। ਫਿਰ ਉਸਨੇ ਦੱਸਿਆ ਕਿ ਮੇਰੀ ਮਾਂ ਨੇ ਮੈਨੂੰ ਜਪਜੀ ਸਾਹਿਬ ਦੀ ਗੁੜਤੀ ਦਿੱਤੀ ਸੀ, ਉਸ ਜਪਜੀ ਸਾਹਿਬ ਨੇ ਮੈਨੂੰ ਅੱਜ ਇੱਥੇ ਤੱਕ ਲੈ ਕੇ ਆਂਦਾ, ਪਰ ਮੈਂ ਆਪਣੇ ਕਰਮਾਂ ਕਰਕੇ ਬਾਣੀ ਤੋਂ ਵਿਸਰ ਗਿਆ, ਪੈਸੇ ਦੇ ਲਾਲਚ ਪਿੱਛੇ
ਮੈਂ ਦੂਸਰੇ ਧਰਮ ਨੂੰ ਅਪਣਾ ਕੇ ਉਹਦਾ ਪ੍ਰਚਾਰ ਕਰਨ ਲੱਗ ਪਿਆ। ਕਹਿੰਦੇ ਹਨ ਕਿ ਫਿਰ ਮਾਸਟਰ ਤਾਰਾ ਸਿੰਘ ਜੀ ਨੇ ਪੰਜ ਸਿੰਘਾਂ ਤੋਂ ਖੰਡੇ ਬਾਟੇ ਦੀ ਪਹੁਲ ਤਿਆਰ ਕਰਵਾ ਕੇ ਉਸਨੂੰ ਅੰਮ੍ਰਿਤ ਛਕਾਇਆ ਅਤੇ ਉਹ ਗੁਰੂ ਵਾਲਾ ਬਣ ਗਿਆ। ਅਤੇ ਸਮਾਂ ਇਹੋ ਜਿਹਾ ਆ ਗਿਆ, ਕਹਿੰਦੇ ਫਿਰ ਉਸਨੇ ਆਪਣੇ ਸਿੱਖ ਧਰਮ ਦਾ ਜੋ ਲਿਟਰੇਚਰ ਹੈ ਨਾ, ਜਿਹੜੀ ਕਿਤਾਬ ਆਪਾਂ ਅੱਜ ਸਟੀਕ ਪੜ੍ਹਦੇ ਹਾਂ, ਸਿੱਖ ਧਰਮ ਦੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਪੜ੍ਹਦੇ ਹਾਂ ਨਾ, ਉਸ ਬੱਚੇ ਨੇ ਉਹ ਕਿਤਾਬਾਂ ਲਿਖੀਆਂ। ਮੈਨੂੰ ਉਸਦਾ ਨਾਂ ਵਿਸਰ ਗਿਆ, ਗੁਸਤਾਖੀ ਮਾਫ, ਪਰ ਅੱਜ ਸਾਡੇ ਜਿੰਨੇ ਵੀ ਵਿਦਵਾਨ ਹਨ ਨਾ, ਮੋਸਟਲੀ ਕਹਿੰਦੇ ਉਸ ਬੱਚੇ ਦੀਆਂ ਜੋ ਬਾਅਦ ਦੇ ਵਿੱਚ ਸਿੱਖ ਧਰਮ ਦਾ ਬਹੁਤ ਵੱਡਾ ਵਿਦਵਾਨ ਬਣਿਆ, ਉਹਦੀਆਂ ਕਿਤਾਬਾਂ ਪੜ੍ਹ ਕੇ ਸਾਨੂੰ ਅੱਗੇ ਗਿਆਨ ਬਣਦੇ ਹਨ। ਸੋ ਕਹਾਣੀ ਦਾ ਮਕਸਦ ਸਿਰਫ ਇੰਨਾ ਹੀ ਸੀ ਵੀ ਜਿਹਦੇ ਕੋਲ ਜਪ ਜੀ ਹੈ ਨਾ, ਉਹਦੇ ਕੋਲ ਸਭ ਕੁਛ ਹੀ ਹੈ। ਸੋ ਆਪਣੇ ਬੱਚਿਆਂ ਨੂੰ ਹੋਰ ਨਹੀਂ ਕੁਛ ਕਰ ਸਕਦੇ, ਘੱਟੋ ਘੱਟ ਜਪਜੀ ਸਾਹਿਬ ਦੇ ਪਾਠ ਨਾਲ ਤਾਂ ਜੋੜ ਹੀ ਸਕਦੇ ਹਾਂ। ਜੁੜਨ ਤੋਂ ਪਹਿਲਾਂ ਆਪਾਂ ਆਪ ਜੁੜੀਏ, ਸਮਝੀਏ, ਪੜ੍ਹੀਏ, ਸਰਬੱਤ ਦਾ ਭਲਾ ਮੰਗੀਏ, ਕਿਉਂਕਿ ਅਸਲੀ ਦੌਲਤ ਮਾਂ ਪਿਓ ਹੀ, ਪਿਓ ਦੇ ਲਈ ਬੱਚੇ ਹੀ ਹੁੰਦੇ ਹਨ। ਜੇ ਬੱਚੇ ਹੀ ਗਲਤ ਰਾਹੀਂ ਪੈ ਗਏ ਤਾਂ ਪੈਸੇ ਨੂੰ ਕੀ ਕਰਨਾ ਹੈ। ਇਸ ਕਰਕੇ ਤੁਹਾਡੇ ਬੱਚੇ ਚਾਹੇ ਛੋਟੇ ਹਨ ਚਾਹੇ ਵੱਡੇ ਹਨ, ਗੁੱਸਾ ਕਰੋ, ਗਿੱਲਾ ਕਰੋ, ਪਿਆਰ ਕਰੋ, ਲਾਲਚ ਦੇਵੋ, ਪਰ ਬਾਣੀ ਦਾ ਲੜ ਫੜਾ ਦਿਓ। ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ, ਕਿਉਂਕਿ ਜਿਸ ਕੋਲ ਬਾਣੀ ਹੋਏਗੀ ਉਹੀ ਬਚੇਗਾ। ਬਾਕੀ ਆਪਾਂ ਹਾਲਾਤ ਆਪਣੇ ਸਮਾਜ ਦੇ ਦੇਖ ਹੀ ਰਹੇ ਹਾਂ ਜੀ। ਜਿਨ੍ਹਾਂ ਨੇ ਵੀ ਇਹ ਕਹਾਣੀ ਸੁਣੀ, ਸੱਚੇ ਪਾਤਸ਼ਾਹ ਆਪ ਜੀ ਨੂੰ ਵੀ ਚੜ੍ਹਦੀ ਕਲਾ ਨਾਮ ਬਣ ਦੀ ਦਾਤ ਦੇਵੇ, ਬਾਣੀ ਬਣ ਦਾ ਪ੍ਰਕਾਸ਼। ਆਪ ਜੀ ਵੀ ਜਿੰਨੀਆਂ ਰੂਹਾਂ ਸੁਣ ਰਹੇ ਹੋ, ਸਤਿਗੁਰੂ ਆਪ ਜੀ ਦਾ ਵੀ ਨਿਤਨੇਮ ਪੱਕਾ ਕਰ ਦੇਵੇ, ਬਾਣੀ ਨਾਲ ਪਿਆਰ ਬਣ ਜਾਵੇ। ਬਾਣੀ ਰੂਹ ਦੀ ਖੁਰਾਕ ਹੈ ਜਿਹੜੀ, ਉਹਦੀ ਵੀ ਭੁੱਖ ਜਿਵੇਂ ਰੋਟੀ ਦੀ ਲੱਗਦੀ ਹੈ ਨਾ, ਵਾਰੀ ਵਾਰੀ ਲੱਗਣ ਲੱਗ ਜਾਵੇ। ਫੁੱਲਾਂ ਚੋਕਾ ਮਾਫ ਕਰਨੀਆਂ ਜੀ, ਆਪ ਜੀ ਦਾ ਬੱਚਾ ਨਿਮਾਣ ਜਿਹਾ ਯਤਨ ਕਰ ਰਿਹਾ ਹੈ, ਅਸੀਸਾਂ ਦੇਣੀਆਂ। ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।